ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਹੈਰੋਇਨ ਤਸਕਰੀ ਮਾਮਲੇ ਵਿੱਚ ਦੋ ਵਿਦੇਸ਼ੀ ਨਾਗਰਿਕਾਂ ਸਮੇਤ ਤਿੰਨ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਗਏ ਤਸਕਰਾਂ ਕੋਲੋਂ 18 ਮੋਬਾਈਲ ਅਤੇ ਲੈਪਟਾਪ ਬਰਾਮਦ ਕੀਤੇ ਗਏ ਨੇ। ਡੀਸੀਪੀ ਗੁਰਮੀਤ ਸਿੰਘ ਮੁਤਾਬਿਕ ਇਹਨਾਂ ਤਿੰਨਾਂ ਕੋਲੋਂ ਵੱਡੇ ਡਰੱਗ ਰੈਕਟ ਦਾ ਖੁਲਾਸਾ ਹੋਣ ਦੀ ਵੀ ਸੰਭਾਵਨਾ ਹੈ। ਦੋਸ਼ੀਆਂ ਦੀ ਪਛਾਣ ਨਾਈਜੀਰੀਆ ਦੇ ਓਕੋਏ ਡਿਸਟਾਈਨ ਅਲੈਕਸ ਅਤੇ ਫਗਵਾੜਾ ਦੇ ਜਤਿੰਦਰ ਦੇ ਰੂਪ ਵਿੱਚ ਹੋਈ ਹੈ। ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਨਾਈਜੀਰੀਅਨ ਸਿਟੀਜ਼ਨ ਫੜਿਆ ਸੀਗਾ ਡਿਵੀਜ਼ਨ ਨੰਬਰ 7 ਦੇ ਏਰੀਏ 'ਚ। ਉਹਦੇ ਕੋਲ ਅਸੀਂ 100 ਗ੍ਰਾਮ ਹੀਰੋਇਨ ਪਲੱਸ 3.25 ਲੱਖ ਰੁਪਇਆ ਜਿਹੜਾ ਉਹਦੇ ਰਿਕਵਰ ਕੀਤਾ ਸੀਗਾ। ਉਹਦੀ ਤਫਤੀਸ਼ ਦੇ ਦੌਰਾਨ ਹੀ ਜਿਹੜਾ ਅਸੀਂ ਜਿਹੜਾ ਉਹਦੀ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ਸਾਨੂੰ ਲੀਡ ਮਿਲੀ ਸੀਗੀ ਵੀ ਹੂ ਇਜ਼ ਦਾ ਮੇਨ ਸਪਲਾਇਰ, ਅਸੀਂ ਉਹਦੇ ਬਾਰੇ ਇਨਵੈਸਟੀਗੇਟ ਕਰਕੇ ਅਤੇ ਉਹਨੂੰ ਅਸੀਂ ਐਪਰੀਹੈਂਡ ਕੀਤਾ। ਗੱਲ ਉਹਦੇ ਨਾਲ ਹੀ ਆਪਾਂ ਦੋ ਉਹਦੇ ਹੋਰ ਐਸੋਸੀਏਟਸ ਨੇ ਉਹ ਵੀ ਆਪਾਂ ਗ੍ਰਿਫਤਾਰ ਕੀਤੇ ਆ। ਸੋ ਇਸ ਤਰ੍ਹਾਂ ਕਰਕੇ ਜਿਹੜਾ ਇੱਕ ਮੇਨ ਸਪਲਾਇਰ ਸੀਗਾ ਜਿਹੜਾ ਹਿਰੰਦਾ ਇਸ ਏਰੀਏ ਦੇ ਵਿੱਚ, ਉਹਨੂੰ ਆਪਾਂ ਜਿਹੜੀ ਅਰੈਸਟ ਕਰਨ ਦੀ ਜਿਹੜੀ ਸਾਡੀ ਸਫਲਤਾ ਹੋਈ ਹੈ।